ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਸਾਰੇ? ਹਾਂਜੀ, ਆਪਾਂ ਸਾੜੀ ਪੇਂਟ ਕਰਨ ਲੱਗੇ ਹਾਂਗੇ ਹੁਣ, ਠੀਕ ਹੈ। ਔਰਗੈਂਜ਼ਾ ਦੀ ਹੈ ਇਹ। ਮੇਰੇ ਕੋਲ ਦੋ ਟੇਬਲ ਸੀਗੇ, ਦੋ ਵੱਡੇ ਮੈਂ ਰੈਡੀ ਕੀਤੇ ਹੋਏ ਸੀਗੇ, ਦੋਨਾਂ ਨੂੰ ਮੈਂ ਇਸ ਤਰ੍ਹਾਂ ਜੋੜ ਲਿਆ, ਠੀਕ ਹੈ। ਜੋੜ ਕੇ ਇਸ ਤਰ੍ਹਾਂ ਆਪਾਂ ਸਾੜੀ ਨੂੰ ਸੈੱਟ ਕਰਕੇ ਇਸ 'ਤੇ ਆਪਾਂ ਫੋਇਲ ਪੇਂਟਿੰਗ ਕਰਨੀ ਹੈ, ਠੀਕ ਹੈ। ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਦੋ ਅਲੱਗ ਅਲੱਗ ਅੱਡੇ ਹੈਗੇ ਆ ਤਾਂ, ਠੀਕ ਹੈ। ਟਾਈ ਕਿਵੇਂ ਕਰਨਾ ਉਹ ਮੇਰੀ ਪਹਿਲਾਂ ਵਾਲੀ ਵੀਡੀਓ ਵਿੱਚ ਮੈਂ ਦੱਸਿਆ ਹੋਇਆ ਤੁਹਾਨੂੰ, ਬਲੌਕ ਪੇਂਟਿੰਗ ਵਾਲੀ ਵੀਡੀਓ ਵਿੱਚ ਵੀ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਮੈਂ ਟਾਈ ਕਰੂੰਗੀ ਇਹਨੂੰ, ਟੀ ਪੈਨਸ ਨਾਲ, ਠੀਕ ਹੈ। ਮੇਰੀਆਂ ਪਹਿਲਾਂ ਵਾਲੀਆਂ ਵੀਡੀਓਜ਼ ਵਿੱਚ ਉਹ ਜਾਣਕਾਰੀ ਦਿੱਤੀ ਹੋਈ ਹੈ, ਉਸੇ ਤਰ੍ਹਾਂ ਹੀ ਸੇਮ ਆਪਾਂ ਇਹਨੂੰ ਟੀ ਪੈਨਸ ਨਾਲ ਟਾਈ ਕਰਾਂਗੇ, ਠੀਕ ਹੈ। ਅੱਡਾ ਬਣਾਉਣ ਵਾਲੀ ਵੀਡੀਓ ਮੇਰੀ 40 ਨੰਬਰ ਹੈਗੀ, ਉਹ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਹੀ ਅੱਡੇ ਬਣਾਏ ਹੋਏ ਹੈਗੇ ਮੈਂ। ਅਤੇ ਬਲੌਕ ਪੇਂਟਿੰਗ ਵਾਲੀ ਵੀਡੀਓ ਪਾਈ ਹੋਈ ਆ, ਉਹਦੇ ਵਿੱਚ ਮੈਂ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਆਪਾਂ ਟਾਈਟ ਕਰਦੇ ਹਾਂ। ਪਲੇਲਿਸਟ ਵਿੱਚ ਜਾ ਕੇ ਮੇਰੇ ਸਾਰੇ ਫੋਲਡਰ ਪਏ ਨੇਗੇ, ਉੱਥੇ ਤੁਸੀਂ ਬਲੌਕ ਪੇਂਟਿੰਗ ਵਾਲਾ, ਸਟੈਂਸਲ ਪੇਂਟਿੰਗ ਵਾਲਾ, ਅਤੇ ਉਹਨਾਂ ਵਿੱਚ ਜਾ ਕੇ ਦੇਖ ਸਕਦੇ ਹੋ। ਬਲੌਕ ਪੇਂਟਿੰਗ ਵਾਲੀ ਤਾਂ ਇੱਕੋ ਹੀ ਹੈਗੀ ਹੈ ਵੀਡੀਓ, ਉਹਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜੂ, ਖੋਲ੍ਹ ਕੇ ਦੇਖ ਲਿਓ ਵੀ ਕਿਸ ਤਰ੍ਹਾਂ ਮੈਂ ਉੱਪਰ ਟਾਈ ਕਰਦੀ ਹਾਂ, ਟਾਈਟ ਕਰਦੀ ਹਾਂ ਕੱਪੜੇ ਨੂੰ, ਓਕੇ ਜੀ। ਫਰੈਂਡਸ, ਤੁਹਾਨੂੰ ਤੁਸੀਂ ਕਿੰਨੇ ਵਾਰੀ ਪੁੱਛਿਆ ਵੀ ਸਾੜੀ ਦਾ, ਹੈ ਨਾ, ਤੁਹਾਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਸਾੜੀ ਦਾ ਵੀ ਪੱਲਾ ਵਗੈਰਾ ਕਿੱਦਾਂ ਛੱਡਣਾ ਹੈਗਾ, ਹੈ ਨਾ। ਅਤੇ ਹੁਣ ਦੇਖੋ ਵੀ ਇੱਧਰੋਂ ਆਪਾਂ ਡੇਢ ਮੀਟਰ ਆਪਾਂ ਇੱਥੇ ਨਿਸ਼ਾਨ ਲਗਾ ਕੇ ਪੱਲਾ ਇੱਥੋਂ ਤੱਕ ਰੈਡੀ ਕਰ ਲਿਆ, ਠੀਕ ਹੈ। ਇੱਥੇ ਆਪਾਂ ਇਹ ਫੋਇਲ ਪੇਂਟਿੰਗ ਕਰਾਂਗੇ, ਇੱਧਰਲੀ ਸਾਈਡ ਇਹ ਵਾਲਾ, ਅਤੇ ਇੱਥੇ ਲਗਾ ਕੇ ਫਿਰ ਆਹ ਵਾਲਾ ਬਣਾਵਾਂਗੇ, ਅਤੇ ਵਿੱਚ ਇੱਥੇ ਸਾਰੀ ਬੂਟੀ ਪਊਗੀ, ਠੀਕ ਹੈ। ਇਹ ਆਪਣਾ ਪੱਲਾ ਰੈਡੀ ਹੋ ਜੂਗਾ। ਫਿਰ ਉਦੋਂ ਬਾਅਦ ਨੀਚੋਂ ਥੋੜ੍ਹੀ ਇੱਥੋਂ ਸਪੇਸ ਛੱਡ ਕੇ, ਅਤੇ ਅੱਗੇ ਨੀਚੇ ਨੀਚੇ ਜਿਹੜੀ ਪੈਰਾਂ ਵਾਲੀ ਪਾਸਾ ਆਉਂਦਾ, ਇੱਧਰਲੀ ਸਾਈਡ ਹੀ ਆਪਣਾ ਪੈਰਾਂ ਵਾਲੀ ਉਹ ਚੀਜ਼ ਬਣੂਗੀ। ਹਾਂ, ਸਾਰਾ ਬਾਰਡਰ ਆਪਾਂ ਪੈਰਾਂ ਵਾਲੀ ਸਾਈਡ 'ਤੇ ਬਣਾਉਣਾ ਹੈ, ਠੀਕ ਹੈ। ਇਸ ਤਰ੍ਹਾਂ ਆਪਾਂ ਕਰਨਾ ਹੁੰਦਾ। ਜੇ ਆਪਾਂ ਉੱਪਰ ਗਲੇ ਕੋਲ ਸ਼ੋਅ ਕਰਨਾ ਤਾਂ ਇੱਥੋਂ ਥੋੜ੍ਹੀ ਸਪੇਸ ਛੱਡ ਕੇ ਇੱਥੇ ਜੇ ਆਪਾਂ ਕੁਛ ਬਣਾਉਣਾ ਹੋਵੇ ਤਾਂ ਉਹ ਆਪਣੇ ਗਲੇ 'ਤੇ ਆ ਜਾਂਦਾ, ਠੀਕ ਹੈ। ਵੈਸੇ ਤਾਂ ਮੈਂ ਵੀਡੀਓ ਪਾਈ ਹੋਈ ਹੈਗੀ ਮੈਂ ਸਾੜੀ ਦੀ ਪਹਿਲਾਂ ਵੀ, ਜੀ ਤਾਂ ਮੈਂ ਉਹ ਗਊ ਮਾਤਾ ਬਣਾਈ ਹੋਈ ਹੈ ਬੱਚੇ ਦੇ ਨਾਲ, ਅਤੇ ਕਮਲ ਦੇ ਫੁੱਲ ਬਣਾਏ ਹੋਏ ਨੇਗੇ, ਉਹਦੇ ਵਿੱਚ ਵੀ ਮੈਂ ਪੂਰਾ ਡਿਟੇਲ 'ਚ ਦੱਸਿਆ ਹੋਇਆ ਸਾੜੀ ਦਾ, ਠੀਕ ਹੈ। ਅਤੇ ਆਹ ਵੀ ਆਪਾਂ ਸਾੜੀ ਕਰ ਰਹੇ ਹਾਂ, ਓਕੇ। ਆਪਾਂ 1.5 ਮੀਟਰ ਪੱਲੇ ਦਾ ਨਿਸ਼ਾਨ ਲਗਾਇਆ ਇੱਥੋਂ ਤੱਕ, ਠੀਕ ਹੈ। ਇਹ ਪੱਲਾ ਆ ਗਿਆ, ਇਹਦੇ ਜਿਹੜੇ ਮਤਲਬ ਨੀਚੇ ਪੈਰ ਹੋਣਗੇ ਉਹ ਆਪਣਾ ਨਾਲ ਹੀ ਸਟਾਰਟ ਹੋਣਗੇ, ਠੀਕ ਹੈ। ਕੋਈ ਸਪੇਸ ਨਹੀਂ ਛੱਡਣੀ ਆਪਾਂ ਇੱਥੇ, ਨਾਲ ਹੀ ਸ਼ੁਰੂ ਹੋਣਗੇ, ਓਕੇ। ਪੈਨਸਿਲ ਹੈ, ਠੀਕ ਹੈ, ਡੋਟ ਵਾਲਾ। ਹੁਣ ਜਿਵੇਂ ਇਹ ਜ਼ਿਆਦਾ ਚੌੜਾ ਹੈ, ਹੈ ਨਾ, ਆਪਾਂ ਚੌੜੇ ਲਈ ਆਪਾਂ ਵਾਈਪਰ ਯੂਜ਼ ਕਰਾਂਗੇ। ਜਿਹੜੇ ਪਤਲੇ ਹੁੰਦੇ ਜਿਵੇਂ ਇਹ ਹੁੰਦੇ, ਇਹ ਜਿਹਾ ਵਿੱਚ ਆਪਾਂ ਨੂੰ ਇੰਨੀ ਲੋੜ ਨਹੀਂ ਹੁੰਦੀਗੀ, ਇਹ ਤੁਹਾਨੂੰ ਪਤਾ ਹੀ ਆ। ਹੁਣ ਤੁਸੀਂ ਮੇਰੇ ਪਹਿਲਾਂ ਵਾਲੀਆਂ ਵੀਡੀਓ ਰੈਗੂਲਰਲੀ ਦੇਖਿਆ ਕਰੋ ਤਾਂ ਤੁਹਾਨੂੰ ਸਾਰੀ ਸਮਝ ਆਉਂਦੀ ਹੈ ਵੀ ਮੈਂ ਕੀ ਚੀਜ਼ ਕਿਸ ਤਰ੍ਹਾਂ ਯੂਜ਼ ਕਰ ਰਹੀ ਹਾਂਗੀ। ਇਹ ਆਪਾਂ ਫੋਇਲ ਬਾਈਂਡਰ ਲਗਾ ਰਹੇ ਹਾਂ, ਠੀਕ ਹੈ।
ਹੁਣ ਆਪਾਂ ਜਿਵੇਂ ਪੂਰਾ ਚੌੜਾ ਹੈ ਨਾ ਵਿੱਚ ਲਾਈਨਾਂ ਆ ਰਹੀਆਂ ਤਾਂ ਆਪਾਂ ਵਾਈਪਰ ਨਾਲ ਇਹਨੂੰ ਇਕੁਅਲ ਕਰ ਦਾਂਗੇ। ਠੀਕ ਹੈ, ਨੈਕਸਟ ਇਹਦੇ ਵਿੱਚ ਸੈੱਟ ਕਰਕੇ ਰੱਖਾਂਗੇ ਬਰਾਬਰ ਸਪੇਸ 'ਤੇ। ਨਹੀਂ ਦੀਦੀ ਤਾਂ ਚੱਲ ਪਊ ਅੱਗੇ ਅੱਗੇ। ਬਸ ਠੀਕ ਹੈ, ਇੱਥੇ ਕੱਟ ਲਓ। ਠੀਕ ਹੈ, ਦੇਖੋ ਇੰਨਾ ਸੋਹਣਾ ਬਣ ਗਿਆ। ਇਹਦੇ ਉੱਪਰ ਆਪਾਂ ਇਹ ਬਾਰਡਰ ਲਗਾਵਾਂਗੇ। ਠੀਕ ਹੈ ਜੀ, ਦੇਖੋ ਪਹਿਲਾਂ ਆਪਾਂ ਡੋਟਸ ਲਗਾ ਲਾਂਗੇ ਇੱਧਰ ਅਤੇ ਇੱਧਰੋਂ ਵੀ ਆਪਾਂ ਆਪਣੇ ਪਹਿਲਾਂ ਡੋਟਸ ਕੰਪਲੀਟ ਕਰ ਲਾਂਗੇ। ਠੀਕ ਹੈ, ਉਦੋਂ ਨੂੰ ਉਹ ਆਪਣਾ ਸੁੱਕ ਜੂਗਾ ਅਤੇ ਆਪਾਂ ਉੱਪਰਲਾ ਬਾਰਡਰ ਕਰ ਲਾਂਗੇ। ਠੀਕ ਹੈ, ਉਸ ਤੋਂ ਬਾਅਦ ਨਾਲ ਦੀ ਨਾਲ ਹੀ ਆਪਾਂ ਨੀਚੇ ਬਾਰਡਰ ਸਟਾਰਟ ਕਰਾਂਗੇ। ਠੀਕ ਹੈ, ਬਸ ਇਸੇ ਤਰ੍ਹਾਂ ਅਸੀਂ ਸਾਰਾ ਕੰਪਲੀਟ ਕਰ ਲਾਂਗੇ। ਓਕੇ ਜੀ, ਆਪਾਂ ਪੱਲੇ ਵਿੱਚ ਬੂਟੀਆਂ ਪਾਤੀਆਂ ਨੇਗੀਆਂ। ਠੀਕ ਹੈ, ਅਤੇ ਇੱਧਰ ਸਾਰੀਆਂ ਡੋਟਸ ਲਗਾ ਤੇ ਆ। ਇਹ ਬਸ ਹੁਣ ਜਲਦੀ ਸੁੱਕ ਜਾਣਗੇ ਕਿਉਂਕਿ ਛੋਟੇ ਛੋਟੇ ਹੈ ਨਾ, ਇਸ ਕਰਕੇ ਫਿਰ ਆਪਾਂ ਜਦੋਂ ਸੁੱਕ ਗਿਆ ਫਿਰ ਆਪਾਂ ਇੱਥੇ ਬਾਰਡਰ ਬਣਾਵਾਂਗੇ। ਓਕੇ, ਹੁਣ ਆਪਾਂ ਜੇ ਸਾਰੇ 'ਤੇ ਚਮਕ ਲਗਾ ਲਈ ਹੈਗੀ। ਠੀਕ ਹੈ, ਬਾਕੀ ਜਿਹੜਾ ਆਪਾਂ ਕਰ ਲਿਆ ਸੀਗਾ, ਹੁਣ ਆਪਾਂ ਇਹਦੇ ਵਿੱਚ ਵੇਲ ਬਣਾਉਣੀ ਹੈਗੀ। ਵੇਲ ਨੂੰ ਨਾ ਇਹਦੇ ਵਿੱਚ ਐਵੇਂ ਡੋਟਸ ਦੇ ਵਿੱਚ ਆਪਾਂ ਐਡਜਸਟ ਕਰ ਰਹੇ ਹਾਂਗੇ, ਵਧੀਆ ਐਡਜਸਟ ਹੋ ਰਹੀ ਹੈ ਇਹਦੇ ਨਾਲ ਕਿ ਉੱਪਰ ਰੱਖਾਂਗੇ। ਠੀਕ ਹੈ, ਹੋਰ ਥੋੜ੍ਹਾ ਜਿਹਾ ਫਰਕ ਪੈਂਦਾ ਹੈਗਾ, ਇੱਥੇ ਰੱਖ ਲਓ, ਇੱਥੇ ਉੱਪਰ 'ਚ ਹੀ ਰੱਖਾਂਗੇ। ਠੀਕ ਹੈ,
ਠੀਕ ਹੈ। ਬਸ ਇਸ ਤਰ੍ਹਾਂ ਹੀ ਆਪਾਂ ਸਾਰੀ ਜਿਹੜੀ ਪੈਰਾਂ 'ਤੇ ਆ ਉੱਧਰ ਸਾਰਾ ਕੰਪਲੀਟ ਕਰ ਲਵਾਂਗੇ। ਫਰੈਂਡਸ ਆਪਾਂ ਇੱਥੇ ਹੁਣ ਬੇਲ ਬਣਾ ਤੀ ਆ, ਠੀਕ ਹੈ। ਅਤੇ ਇੱਧਰ ਵੀ ਹੁਣ ਆਪਣੀ ਜਿੱਧਰਲੀ ਸਾਈਡ ਪੈਰਾਂ ਵਾਲੀ ਸਾਈਡ ਹੁੰਦੀ ਹੈ ਸਾੜੀ, ਉੱਧਰਲੀ ਸਾਈਡ ਦੇਖੋ ਕਿੰਨਾ ਸੋਹਣਾ ਬਣਿਆ ਡਿਜ਼ਾਇਨ, ਠੀਕ ਹੈ। ਬਾਕੀ ਕੰਪਲੀਟ ਹੋ ਗਿਆ ਫਿਰ ਮੈਂ ਵੀਡੀਓ ਪਾਉਂਗੀ ਨਾਲ ਹੀ। ਹਾਂਜੀ ਫਰੈਂਡਸ, ਹੁਣ ਆਪਾਂ ਜਿਹੜੀ ਆ ਬਾਰਡਰ ਬਣਾਇਆ ਸੀ ਇਹਦੇ ਨਾਲ ਉਸ 'ਤੇ ਚਮਕੀ ਲਗਾ ਰਹੇ ਹਾਂਗੇ। ਇੱਧਰਲੀ ਸਾਈਡ ਮੈਂ ਲਗਾ ਤਾ ਅਤੇ ਹੁਣ ਇੱਥੇ ਲਗਾ ਰਹੇ ਹਾਂ। ਠੀਕ ਹੈ, ਮੇਰੀ ਫੁੱਲ ਵੀਡੀਓ ਦੇਖਿਆ ਕਰੋ। ਸਾਰੀ ਵੀਡੀਓ ਦੇ ਵਿੱਚ ਕਾਫੀ ਜਾਣਕਾਰੀ ਦਿੱਤੀ ਹੁੰਦੀ ਹੈ, ਮੈਂ ਛੋਟੀਆਂ ਛੋਟੀਆਂ ਗੱਲਾਂ ਦੱਸੀਆਂ ਹੁੰਦੀਆਂ ਗੀਆਂ ਵਿੱਚੋਂ, ਮਤਲਬ ਟਪਾ ਟਪਾ ਕੇ ਵੀਡੀਓ ਨਾ ਦੇਖਿਆ ਕਰੋ। ਵੀ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਮੈਂ ਦੱਸੀਆਂ ਹੁੰਦੀਆਂ, ਫਿਰ ਵੀ ਤੁਸੀਂ ਕਮੈਂਟ ਕਰ ਦਿੰਦੇ ਹੋ ਵੀ ਮੈਮ ਆਹ ਕਿਵੇਂ ਆ, ਆਹ ਕਿਵੇਂ ਆ, ਇਹ ਚੀਜ਼ ਕਿੱਦਾਂ, ਸਾਰਾ ਕੁਝ ਮੈਂ ਦੱਸਿਆ ਹੁੰਦਾ ਵੀਡੀਓ ਦੇ ਵਿੱਚ, ਧਿਆਨ ਨਾਲ ਦੇਖਿਆ ਕਰੋ। ਕਿਉਂਕਿ ਜਿਵੇਂ ਜਿਵੇਂ ਯਾਦ ਆਈ ਜਾਂਦਾ ਉਵੇਂ ਉਵੇਂ ਮੈਂ ਦੱਸਦੀ ਰਹਿੰਦੀ ਹੈਗੀ, ਜਦੋਂ ਤੁਹਾਡੇ ਉਹੀ ਸਵਾਲ ਕੁਸਚਨ ਫਿਰ ਆ ਜਾਂਦੇ ਜਿਹੜੀ ਮੈਂ ਗੱਲ ਦੱਸੀ ਹੁੰਦੀ ਹੈ, ਫਿਰ ਬੜਾ ਐਂ ਲੱਗਦਾ ਵੀ ਵੀਡੀਓ ਧਿਆਨ ਨਾਲ ਦੇਖਦੇ ਨੀਗੇ ਤੁਸੀਂ, ਮੈਂ ਸਾਰੀ ਚੀਜ਼ ਦੱਸੀ ਹੁੰਦੀ ਹੈ, ਜਿਹੜੀ ਚੀਜ਼ ਮੈਂ ਨਹੀਂ ਦੱਸੀ ਉਹ ਪੁੱਛਿਆ ਕਰੋ, ਠੀਕ ਹੈ। ਠੀਕ ਹੈ, ਇਸ ਤਰ੍ਹਾਂ ਆਪਾਂ ਸਾਰਾ ਇੱਥੇ ਬਾਰਡਰ ਕਰ ਲਵਾਂਗੇ ਕੰਪਲੀਟ, ਠੀਕ ਹੈ। ਕਿਵੇਂ ਲੱਗਿਆ ਮੇਰਾ ਆਈਡੀਆ, ਦੋ ਅੱਡਿਆਂ ਨੂੰ ਜੋੜ ਕੇ ਆਪਾਂ ਸਾੜੀ ਰੈਡੀ ਕਰ ਲਈ ਹੈ। ਨਹੀਂ ਤਾਂ ਦੇਖੋ ਹਾਫ ਆਫ ਕਰਨੀ ਪੈਣੀ ਸੀਗੀ, ਜੇ ਆਪਾਂ ਅੱਡੀ ਕਰਕੇ ਰੱਖਦੇ ਹਾਫ ਕਰਦੇ ਪਹਿਲਾਂ ਫਿਰ ਦੂਜੇ ਹੈ ਨਾ ਕਰਦੇ ਨਾਲ ਜੋੜ ਕੇ ਦੂਸਰਾ ਪਾਸਾ ਵੀ ਫਿਰ ਕਰਦੇ, ਅਤੇ ਹੁਣ ਆਪਾਂ ਦੋਨਾਂ ਨੂੰ ਜੋੜ ਕੇ ਇਕੱਠੀ ਆਪਣੀ ਸਾੜੀ ਸਾਰੀ ਕੰਪਲੀਟ ਹੋ ਗਈ ਹੈਗੀ। ਠੀਕ ਹੈ, ਇੱਥੇ ਥੋੜ੍ਹਾ ਜਿਹਾ ਜਿਵੇਂ ਆਏ ਸੀਗਾ ਨਾ ਜੁਆਇੰਟ, ਇੱਥੋਂ ਪੂਰਾ ਐਂ ਸਪੋਰਟ ਦੇ ਕੇ ਇਹਨੂੰ ਬਿਲਕੁਲ ਨਾਲ ਜੋੜ ਲਿਆ ਸੀਗਾ, ਤਾਂ ਐਂ ਸਪੋਰਟ ਕਰਕੇ ਐਂ ਬਰਾਬਰ ਕਰਕੇ ਨਾ ਪੂਰਾ ਵਧੀਆ ਹੋ ਗਿਆ, ਕੋਈ ਇੰਨੀ ਦਿੱਕਤ ਨਹੀਂ ਆਏਗੀ। ਠੀਕ ਹੈ, ਬਸ ਇੱਦਾਂ ਮੈਂ ਇਹਨੂੰ ਕੰਪਲੀਟ ਕਰ ਲਵਾਂਗੀ, ਫਿਰ ਤੁਹਾਨੂੰ ਪੂਰਾ ਕੰਪਲੀਟ ਹੋ ਗਿਆ ਜਦੋਂ ਫਿਰ ਮੈਂ ਦਿਖਾਉਂਦੀ। ਹਾਂਜੀ ਫਰੈਂਡਸ, ਆਪਣੀ ਸਾੜੀ ਰੈਡੀ ਹੋ ਗਈ ਹੈ, ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੈ, ਬਹੁਤ ਸੋਹਣੀ ਹਲਕੀ ਫੁਲਕੀ ਜੀ ਔਰਗੈਂਜ਼ਾ 'ਤੇ ਕੀਤੀ ਹੈ ਆਪਾਂ, ਜਿਹੜਾ ਮਤਲਬ ਸੂਟਾਂ ਵਾਲੀ ਔਰਗੈਂਜ਼ਾ ਹੁੰਦੀ ਹੈ ਉਸ 'ਤੇ ਕੀਤੀ ਹੈ, ਠੀਕ ਹੈ। ਪੈਰਾਂ ਵਾਲੀ ਸਾਈਡ ਹੈ ਸਾਰੀ, ਓਕੇ। ਇਹ ਪੱਲਾ ਆ ਗਿਆ ਆਪਣਾ 2.5 ਮੀਟਰ ਦਾ, ਸੋਰੀ 1.5 ਮੀਟਰ ਦਾ, ਓਕੇ।
ਓਕੇ ਫਰੈਂਡਸ, ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਬਾਏ। ਅੱਛਾ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹ ਬੈੱਲ ਆਈਕਨ ਵੀ ਦੱਬ ਲਓ ਯਾਰ। ਮੈਂ ਵੀਡੀਓ ਪਾਉਂਦੀ ਹਾਂ ਤਾਂ ਕਿਸੇ ਕੋਲ ਪਹੁੰਚਦੀ ਨਹੀਂ ਗੀ, ਬੈੱਲ ਆਈਕਨ ਵੀ ਦੱਬ ਲਓ ਨਾ ਯਾਰ ਸਾਰੇ। ਅਤੇ ਮੈਂ ਵੀਡੀਓ ਪਾਵਾਂ ਤਾਂ ਤੁਹਾਡੇ ਕੋਲ ਪਹੁੰਚ ਜੇ, ਮੈਸੇਜ ਆ ਜੇ, ਮੈਨੂੰ ਗਰੁੱਪ 'ਚ ਪਾਉਣੀ ਪੈਂਦੀ, ਸ਼ੇਅਰ ਕਰਨੀ ਪੈਂਦੀ, ਫਿਰ ਸਾਰੇ ਜਾਣੇ ਦੇਖ ਦਿਓਗੇ। ਠੀਕ ਹੈ, ਬੈੱਲ ਆਈਕਨ ਵੀ ਪ੍ਰੈਸ ਕਰ ਲਓ, ਓਕੇ, ਵੀ ਆਪਣੇ ਆਪ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜੇ। ਓਕੇ ਫਰੈਂਡਸ, ਬਾਏ।